ਸੋਹਣੀਆਂ ਮੇਰੇ ਬੇਟੀ ਦੀਆਂ ਅੱਖਾਂ ਦੁਖਦੀਆਂ ਨੇ, ਆਕਾ ਜੀ ਦੱਸੋ ਸੁਰਮਾ ਪਾਏ ਕਿ ਨਾ ਪਾਏ। ਤੀਜੀ ਮਰਤਬਾ ਮੇਰੇ ਨਬੀ ਗੁੱਸੇ ਵਿੱਚ ਆਏ। ਐ ਜ਼ਰਾ ਗੱਲ, ਚੂੰਕਿ ਮਰਕਜ਼ ਨਿਦਾਉਲ ਇਸਲਾਮ ਦੇ ਉਲਾਮਾ ਤੁਲਬਾ ਖੁਤਬਾ ਜਮਾ, ਅੱਲਾ ਉਸ ਮਰਕਜ਼ ਨੂੰ ਆਬਾਦ ਫਰਮਾਏ, ਅਸਾਤਜ਼ਾ ਤੁਲਬਾ ਦੀ ਅੱਲਾ ਹਿਫਾਜ਼ਤ ਫਰਮਾਏ। ਇਹ ਜ਼ਰਾ ਗੱਲ ਆਮ ਕਰੋ, ਸਾਡੇ ਸਟੇਜ ਦੇ ਉੱਤੇ ਇੱਕ ਚੀਜ਼ ਬੜੀ ਕਮੀ ਨਜ਼ਰ ਆ ਰਹੀ ਹੈ। ਅਕਸਰ ਖੁਤਬਾ ਦੂਜਿਆਂ ਲੋਕਾਂ ਦੀ ਤਰ੍ਹਾਂ ਨਬੀ ਪਾਕ ਨੂੰ ਇੱਕ ਸੂਫੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਹਰ ਗੱਲ 'ਚ ਆਹ ਗੱਲ ਹੋਈ ਤੇ ਨਬੀ ਪਾਕ ਨੇ ਮਾਫ ਕਰ ਦਿੱਤਾ, ਆਹ ਗੱਲ ਹੋਈ ਤੇ ਮਾਫ ਕਰ ਦਿੱਤਾ, ਆਹ ਗੱਲ ਹੋਈ ਤੇ ਦੁਆ ਕੀਤੀ। ਉਹ ਪਿਆਰਿਓ, ਜਿੱਥੇ ਪੈਗੰਬਰ ਦੀ ਸੀਰਤ ਦੇ ਇਹ ਪਹਿਲੂ ਬਿਆਨ ਕਰ ਦਿਓ, ਨਾਲ ਆਹ ਵੀ ਬਿਆਨ ਕਰੋ, ਜਿੱਥੇ ਨਬੀ ਪਾਕ ਨੂੰ ਪਿਆਰ ਦੀ ਲੋੜ ਪਈ ਪਿਆਰ ਕੀਤਾ, ਜਿੱਥੇ ਗੁੱਸੇ ਦੀ ਲੋੜ ਪਈ ਨਬੀ ਪਾਕ ਨੇ ਗੁੱਸਾ ਵਿਖਾਇਆ। ਗੁੱਸਾ ਵੀ ਸੁਨਤ ਹੈ ਨਬੀ ਪਾਕ ਦੀ, ਗੁੱਸਾ ਵੀ ਸੁਨਤ ਹੈ। ਉਲਮਾ ਅੰਬਿਆ ਦੇ ਵਾਰਸ ਨੇ। ਅਗਰ ਕਿਸੇ ਵੇਲੇ ਤੁਹਾਨੂੰ ਕਿਸੇ ਵੇਲੇ ਕੋ ਆਲਮ ਝਿੜਕ ਦੇਵੇ, ਗੁੱਸਾ ਨਾ ਕਰੋ, ਉਹਨੇ ਸੁਨਤ ਤੇ ਅਮਲ ਕੀਤਾ। ਔਰ ਉਲਮਾਏ ਕਰਾਮ ਕਦੀ ਕਦੀ ਮੁਕਤਦੀਆਂ ਨੂੰ ਝਿੜਕਿਆ ਕਰੋ, ਕਿਤੇ ਗੱਲ ਗਲਤ ਗੱਲ ਵੇਖੋ, ਇੱਕ ਵਾਰ ਸਮਝਾਓ, ਦੂਜੀ ਮਰਤਬਾ ਸਮਝਾਓ, ਤੀਜੀ ਮਰਤਬਾ ਝਿੜਕ ਦਿਓ। ਝਿੜਕ ਦੇਣਾ ਸੁਨਤ ਹੈ, ਇੱਕ ਨਹੀਂ, ਚੂੰਕਿ ਮੇਰਾ ਅਨੁਮਾਨ ਨਹੀਂ ਨੇ ਤਾਂ ਮੈਂ ਇੱਥੇ ਦਲੈਲ ਦੇ ਢੇਰ ਲਾ ਦਿਆਂ। ਜਿੱਥੇ ਪਿਆਰ ਦੀ ਲੋੜ ਪਈ ਮੇਰੇ ਨਬੀ ਨੇ ਪਿਆਰ ਕੀਤਾ, ਜਿੱਥੇ ਗੁੱਸੇ ਦੀ ਲੋੜ ਪਈ ਗੁੱਸਾ ਕੀਤਾ, ਜਿੱਥੇ ਦੁਆ ਦੀ ਲੋੜ ਪਈ ਦੁਆ ਕੀਤੀ, ਜਿੱਥੇ ਬਦ ਦੁਆ ਦੀ ਲੋੜ ਪਈ ਅੱਲਾਹੁਮਾ ਅਲੈਕਾ ਬਿਕੁਰੈਸ਼। ਪੂਰਾ ਮਹੀਨਾ ਮੇਰੇ ਨਬੀ ਨੇ ਕਰੂਤੇ ਨਾਜ਼ਲਾ ਕੀਤੀ, ਉਹ ਕੀ ਹੈ? ਕਾਫਰ ਵਾਸਤੇ ਬਦ ਦੁਆ। ਇਹ ਜ਼ਰਾ ਥੋੜਾ ਜਿਹਾ ਨਾ ਤਬਦੀਲੀ ਲਿਓ ਆਪਣੇ 'ਚ। ਜਿਵੇਂ ਦੂਸਰੇ ਲੋਕ ਹਰ ਵੇਲੇ ਫਲਾਂ ਗੱਲ ਮਾਫ ਕੀਤਾ, ਫਲਾਂ ਗੱਲ ਮਾਫ ਕੀਤਾ, ਉਹ ਕਿਤੇ ਪਕੜਿਆ ਵੀ ਹੈ? ਜਿੱਥੇ ਪਕੜੇ ਉੱਥੇ ਪਕੜ ਬਿਆਨ ਕਰੋ। ਆ ਮੇਰੇ ਨਬੀ ਨੇ ਬੀਬੀ ਨੂੰ ਪਕੜਿਆ, ਯਾਨੀ ਗੁੱਸਾ ਵਿਖਾਇਆ। ਆਪ ਗੁੱਸੇ 'ਚ ਆਏ, ਫਰਮਾਇਆ ਤੈਨੂੰ ਇੱਕ ਮਰਤਬਾ ਸਮਝਾਇਆ, ਦੂਜੀ ਮਰਤਬਾ, ਤੀਜੀ ਮਰਤਬਾ ਕੇ ਸੋਗ ਵਾਲੀ ਬੀਬੀ ਸੁਰਮਾ ਨਹੀਂ ਪਾਏਗੀ। ਮੇਰੇ ਆਕਾ ਗੁੱਸੇ ਨਾਲ ਫਰਮਾਉਂਦੇ ਨੇ, ਕਿਆ ਤੁਹਾਨੂੰ ਉਹ ਵੇਲਾ ਭੁੱਲ ਗਿਆ ਜਦੋਂ ਤੁਹਾਡਾ ਸ਼ੌਹਰ ਫੌਤ ਹੋ ਜਾਂਦਾ, ਪੂਰਾ ਪੂਰਾ ਸਾਲ ਇੱਜ਼ਤ ਪੂਰੀ ਕਰਦੀਆਂ, ਫਿਰ ਤੁਸੀਂ ਇੱਕ ਦੂਜੇ 'ਤੇ ਮੇਂਗਣੀਆਂ ਸੁੱਟਦੀਆਂ। ਐਸਾ ਹੀ ਬੁਖਾਰੀ ਕਿਤਾਬ ਉਤਲਾਕ। ਹੁਣ ਇਹਦੀ ਸ਼ਰ੍ਹਾ 'ਚ ਇਹ ਅਬੂ ਦਾਊਦ ਅੰਦਰ ਵੀ ਰਵਾਇਤ ਹੈ। ਹੁਣ ਇਹਨੂੰ ਔਰਲ ਮਹਬੂਬ ਚੋਂ ਪੜ੍ਹ ਲਓ ਜਾਂ ਫਤੁਲ ਬਾਰੀ ਚੋਂ ਪੜ੍ਹੋ, ਜ਼ਰਾ ਦੀ ਸ਼ਰ੍ਹਾ ਪੜ੍ਹੋ, ਬੜੇ ਤੁਹਾਨੂੰ ਇਹ ਚੋਂ ਫਾਇਦੇ ਲੱਭਣਗੇ, ਬੜੇ ਫਾਇਦੇ। ਹੁਣ ਸ਼ਰ੍ਹਾ ਕੀ ਹੈ? ਸਿਹਾਬਾ ਬਿਆਨ ਕਰਦੇ ਨੇ, ਜ਼ਮਾਨੇ ਜਹਲੀਅਤ ਦੇ ਅੰਦਰ ਜਦੋਂ ਕਿਸੇ ਔਰਤ ਦਾ ਸ਼ੌਹਰ ਫੌਤ ਹੋ ਜਾਂਦਾ, ਇਹਨੂੰ ਇੱਕ ਤੰਗ ਕਮਰੇ ਅੰਦਰ ਬੰਦ ਕਰ ਦਿੱਤਾ ਜਾਂਦਾ, ਉੱਥੇ ਪੂਰਾ ਸਾਲ ਇਹ ਇੱਜ਼ਤ ਆਪਣੀ ਗੁਜ਼ਾਰਦੀ ਏ। ਇਹਨੂੰ ਗੁਸਲ ਵਾਸਤੇ ਪਾਣੀ ਨਾ ਦਿੱਤਾ ਜਾਂਦਾ, ਪੂਰਾ ਸਾਲ ਇਹਨੂੰ ਕੱਪੜੇ ਨਾ ਬਦਲਣ ਦਿੱਤੇ ਜਾਂਦੇ, ਉਸੇ ਇੱਕੋ ਲਿਬਾਸ ਅੰਦਰ ਗਰਮੀ ਅਤੇ ਸਰਦੀ ਏ, ਗੁਸਲ ਨਹੀਂ ਕਰਨ ਦੇਣਾ, ਸਿਰਫ ਖਾਣਾ ਪੀਣਾ ਦੇਣਾ। ਕਈਆਂ ਨੇ ਤਾਂ ਇਹ ਵੀ ਲਿਖਿਆ ਕਿ ਖਾਣਾ ਵੀ ਨਮਕ ਤੋਂ ਬਗੈਰ ਦਿੰਦੇ। ਬਹਰਹਾਲ ਚਲੋ, ਇਹਨੂੰ ਗੁਸਲ ਨਾ ਕਰਨ ਦਿੱਤਾ ਜਾਂਦਾ ਪੂਰਾ।